ਲੈ ਵੀ ਸੱਜਣੋ ਇੰਡੀਆ ਦਾ ਬਹੁਤ ਨਾਮੀ ਘੋੜਾ ਤੁਹਾਨੂੰ ਦਿਖਾਉਣ ਲੱਗਾ ਇਹਦਾ ਨਾਂ ਹੈ ਸੱਜਣੋ ਅਲਵਖਸ਼ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਇਹਦਾ ਨਾਂ ਸੱਜਣ ਸਾਰੇ ਜਾਣਦੇ ਆ ਪਰ ਫਿਰ ਵੀ ਕਈ ਵਾਰੀ ਕੋਈ ਨਹੀਂ ਜਾਣਦਾ ਹੁੰਦਾ ਉਹਦੇ ਲਈ ਦੱਸ ਦਿਆਂ ਕਿ ਭਾਈ ਅਲਵਖਸ਼ ਕੰਨ ਇਹਦਾ ਤੁਸੀਂ ਵੇਖ ਲਓ ਮੱਥੇ ਸੱਜਣੋ ਇਹਦੇ ਬਲੇਜ ਆ ਪਟਾ ਤਿੰਨ ਪੈਰ ਇਹਦੇ ਛੱਟੇ ਆ ਤੇ ਬੱਚੇ ਤਕਰੀਬਨ ਤਕਰੀਬਨ ਸਾਰੇ ਤਰ੍ਹਾਂ ਦੀ ਮਾਰਕਿੰਗ ਦੇ ਆ ਰਹੇ ਆ ਪੰਜ ਕਲਿਆਣੇ ਬੱਚੇ ਵੀ ਆ ਰਹੇ ਆ ਇਸ ਦੇ ਇਸ ਘੋੜੇ 'ਚ ਕਮਾਲ ਸਭ ਤੋਂ ਇਹ ਆ ਉਹ ਆਪਾਂ ਇਹ ਕਹਿ ਸਕਦੇ ਆ ਕਿ ਇਹਦੇ ਮਾਲਕ ਨੇ ਦਿੱਤੀ ਆ ਕਿ ਇਹ ਨੂੰ ਬਹੁਤ ਕੀਮਤੀ ਮਾਰਕੀਟ ਦਾ ਘੋੜਾ ਹੈ ਪਰ ਇਹ ਨੂੰ ਬਿਲਕੁਲ ਲੁਕੋ ਕੇ ਨਹੀਂ ਰੱਖਿਆ ਹੋਇਆ ਉਹਨਾਂ ਨੇ ਇਹਦੇ ਤੇ ਹਰ ਰੋਜ਼ ਰੈਗੂਲਰ ਸਵਾਰੀ ਹੁੰਦੀ ਆ ਇਹ ਰੈਗੂਲਰ ਇਹਨੂੰ ਬਹੁਤ ਮਿਹਨਤ ਕਰਦਿਆ ਵੀ ਐਵੇਂ ਨੀਗਾ ਵੀ ਰੂੰ ਜੀ ਤੇ ਰੱਖਿਆ ਹੋਇਆ ਸ਼ੈਰੀ ਹੁਣਾ ਦਾ ਵੀ ਇੱਕ ਹੁੰਦਾ ਨਾ ਵੀ ਰੂੰ ਜੀ ਤੇ ਰੱਖਣ ਵਾਲੀ ਗੱਲ ਇਸ ਘੋੜੇ ਨੂੰ ਬਹੁਤ ਮਤਲਬ ਮਿਹਨਤ ਕਰਦਿਆ ਉਸ ਪੱਖ ਤੋਂ ਕਸਰਤ ਵਾਲੇ ਪੱਖ ਤੋਂ ਤਾਂ ਪੂਰਾ ਐ ਚੰਡ ਕੇ ਰੱਖ ਦਿਆ ਵੀ ਆਮ ਤੌਰ ਤੇ ਜਿਵੇਂ ਕਹਿੰਦੇ ਰੰਬਾ ਤੇ ਬੰਦਾ ਚੰਡੇ ਤੋਂ ਬਣਦੇ ਆ ਤੇ ਮੇਰੇ ਹਿਸਾਬ ਨਾਲ ਵੀ ਨਾਲ ਘੋੜਾ ਵੀ ਲਾ ਹੀ ਲੈਣਾ ਚਾਹੀਦਾ ਬੇ ਸਰੀਰ ਘੋੜੇ ਦਾ ਵੀ ਜੇ ਝੰਡਿਆ ਹੋਵੇ ਤਾਂ ਉਹਦੀਆਂ ਬਣਤਰਾਂ ਦੇ ਵਿੱਚ ਜਿਹੜੇ ਫਰਕ ਆ ਤੁਸੀਂ ਦੇਖੋਗੇ ਕਿ ਪੱਟਾਂ ਦੇ ਵਿੱਚ ਜਾਂ ਇਹਦੇ ਪੇਟ ਦੇ ਵਿੱਚ ਜਾਂ ਇਹਦੀ ਛਾਤੀ ਦੇ ਵਿੱਚ ਜੋ ਹੈਗੀ ਐ ਚੀਜ਼ ਗੱਲਬਾਤ ਹੈਗੀ ਆ ਉਹ ਇਹਨੂੰ ਇਹਦੇ ਮਾਲਕ ਦੀ ਕਰਾਈ ਹੋਈ ਕਸਰਤ ਦੇ ਸਿਰ ਤੇ ਆ ਸੱਜਣੋ ਇਸ ਘੋੜੇ ਦੀ ਜਿਹੜੀ ਮੀਟਿੰਗ ਫੀਸ ਆ ਸੱਜਣੋ ਐਸ ਵਕਤ 51000 ਰੁਪਇਆ ਠੀਕ ਆ ਜੀ ਤੇ ਤੁਹਾਨੂੰ ਇਸ ਦੇ ਲਈ ਜਾਣਾ ਪਊਗਾ ਬਠਿੰਡੇ ਝੀਲਾਂ ਦੇ ਬਿਲਕੁਲ ਸਾਹਮਣੇ ਬੋਰਡ ਲੱਗਿਆ ਹੋਇਆ ਅਲਵਕਸ਼ ਦੀ ਫੋਟੋ ਲੱਗੀ ਹੋਈ ਆ ਉਥੋਂ ਸਿੱਧਾ ਤੀਰ ਵਾਇਆ ਹੋਇਆ ਤੇ ਸਿੱਧਾ ਉਹ ਤੀਰ ਤੁਹਾਨੂੰ ਅਲਵਕਸ਼ ਘੋੜੇ ਦੇ ਫਾਰਮ ਤੇ ਜਾ ਕੇ ਲੈ ਜਾਊਗਾ ਸੱਜਣੂ ਤੇ ਉੱਥੇ ਤੁਹਾਨੂੰ ਕਮਾਲ ਦਾ ਘੋੜਾ ਤਾਂ ਮਿਲੂਗਾ ਹੀ ਮਿਲੂਗਾ ਤੇ ਨਾਲ ਭਾਈ ਆ ਸ਼ੈਰੀ ਵਰਗਾ ਇੱਕ ਬਹੁਤ ਦਿਲਦਾਰ ਸੱਜਣ ਵੀ ਮਿਲੂਗਾ ਵੀ ਜੀ ਨੂੰ ਮਿਲ ਕੇ ਤੁਹਾਨੂੰ ਆਨੰਦ ਆਊਗਾ ਸੱਜਣੋ ਇਸ ਘੋੜੇ ਤੋਂ ਸਟੱਡ ਸਰਵਿਸ ਲੈ ਸਕਦੇ ਆ ਤੁਸੀਂ ਪਰ ਰੁਕੇ ਰਹੋ ਇਸ ਘੋੜੇ ਦੀ ਸਟੱਡ ਸਰਵਿਸ ਦੀ ਗੱਲਬਾਤ ਦੇ ਨਾਲ-ਨਾਲ ਤੁਹਾਨੂੰ ਮੈਂ ਇੱਕ ਘੋੜਾ ਹੋਰ ਵੀ ਦਿਖਾਉਣਾ ਜੀ ਨੂੰ ਤੁਸੀਂ ਘੱਟ ਫੀਸ ਤੇ ਵੀ ਉਸ ਤੋਂ ਸਟੱਡ ਸਰਵਿਸ ਲੈ ਸਕਦੇ ਆ ਉਹ ਘੋੜਾ ਵੀ ਤੁਹਾਨੂੰ ਦਿਖਾਉਣਾ ਤੇ ਇੱਕ ਬਸ਼ੇਰਾ ਹੁਣੇ ਜੇ ਆਇਆ ਹੈ ਸ਼ੈਰੀ ਦੇ ਫਾਰਮ ਤੇ ਇਸ ਘੋੜੇ ਦਾ ਇੱਕ ਬਸ਼ੇਰਾ ਪੈਦਾ ਹੋਇਆ ਤੇ ਉਹ ਬਸ਼ੇਰਾ ਵੀ ਦਿਖਾ ਦਗੇ ਇੱਕ ਛੋਟੇ ਜੇ ਨਮੂਨੇ ਦੇ ਤੌਰ ਤੇ ਤੁਹਾਨੂੰ ਇੱਕ ਬਸ਼ੇਰਾ ਵੀ ਦਿਖਾ ਦਈਏ ਇਹਦੀ ਹਾਈਟ ਹੈ ਜਿਹੜੀ ਸੱਜਣੋ ਉਹ 66 ਇੰਚ ਹੈ ਤੇ ਜਿਹੜੀ ਇਹਦੀ ਮਾਂ ਹੈ ਉਹ ਮਾਨਕੀ ਘੋੜੀਆਂ ਮਾਲਾਨੀ ਲਾਈਨ ਦੀ ਤੇ ਇਹ ਘੋੜਾ ਜਿਹੜਾ ਇਹ ਮੱਲੋ ਦਰੋਣੇ ਦਾ ਬੱਚਾ ਤੇ ਦਰੂਣਾ ਜਿਹੜਾ ਹੈਗਾ ਉਹ ਸ਼ਾਨਦਾਰ ਦਾ ਬੱਚਾ ਤੇ ਸ਼ਾਨਦਾਰ ਸੀਗਾ ਜਿਹੜਾ ਉਹ ਅਲੀਸ਼ਾਨ ਦਾ ਬੱਚਾ ਤੇ ਦਰੂਣਾ ਘੋੜਾ ਉਹ ਸਜਣੋ ਜਿਹੜਾ ਮਹਾਰਾਸ਼ਟਰ ਚ ਸਚਨ ਕੋਲ ਆ ਸਚਨ ਲਗੜ ਬ੍ਰਦਰ ਫਾਰਮ ਤੇ ਆ ਉਹ ਘੋੜਾ ਦਰੂਣਾ ਉਹਦਾ ਇਹ ਬੱਚਾ ਉਹਦੇ ਇਹ ਆਪਾਂ ਇਹ ਕਹਿ ਸਕਦੇ ਆ ਕਿ ਜੇ ਉਹਦੀ ਬਹੁਤ ਵੱਡੀ ਕੀਮਤ ਘੋੜੇ ਦੀ ਪਈ ਸੀ ਤਾਂ ਉਹ ਦਰੋਣੇ ਦੀ ਇਸ ਅਲਵਖਸ਼ ਘੋੜੇ ਵਰਗੇ ਰਿਜ਼ਲਟਾਂ ਕਰਕੇ ਪਈ ਸੀ ਮਤਲਬ ਇਹ ਵੀ ਉਹਨਾਂ ਰਿਜ਼ਲਟਾਂ ਦੇ ਵਿੱਚ ਆ ਜਾਂਦਾ ਹੈ ਅਲਵਖਸ਼ ਖੁਦ ਤੇ ਅੱਗੇ ਅਲਵਖਸ਼ ਇਸ ਤਰ੍ਹਾਂ ਦੇ ਨਮੂਨੇ ਪੈਦਾ ਕਰ ਰਿਹਾ ਹੈ ਜੋ ਤੁਹਾਨੂੰ ਸਾਹਮਣੇ ਬੱਚਾ ਦਿਸਦਾ ਇਹਦੇ ਕੰਨਾ ਕੁੰਨਾ ਲੀ ਤੇ ਇਹਦੀ ਗਰਦਨ ਵੱਲੀ ਨਿਗਾ ਮਾਰ ਲਿਓ ਇਹਦੀ ਬੂਥ ਬਾਥਲੀ ਨਿਗਾ ਮਾਰ ਲਿਓ ਤੁਸੀਂ ਜਿਆਦਾ 파ਰਖੂ ਆ ਤੇ ਮੈਨੂੰ ਤਾਂ ਲੋਕ ਕਹਿੰਦੇ ਆ ਕਿ ਹਰੇਕ ਨੂੰ ਹੀ ਚੰਗਾ ਕਹਿ ਦਿੰਦਾ ਇਹਦੇ ਲਈ ਮਾੜੀ ਜੀ ਨਿਗਾਹ ਮਾਰ ਲਿਓ ਮੰਨ ਲਓ ਇਹ ਇਹੋ ਜੇ ਬੱਚੇ ਪੈਦਾ ਕਰਦਾ ਆ ਦੇਖੋ ਇਹਦੇ ਤਿੰਨ ਪੈਰ ਚਿੱਟੇ ਆ ਇਹ ਸ਼ੈਰੀ ਦੇ ਬਾਈ ਦੇ ਕੋਲੇ ਹੀ ਆ ਇਹ ਬਸ਼ੇਰਾ ਸੱਜਣੋ ਇਸ ਤਰ੍ਹਾਂ ਦੇ ਇਹਦੇ ਬੱਚੇ ਆ ਜਿਹੜੇ ਉਹ ਆਉਂਦੇ ਆ ਤੇ ਆਹ ਭਾਈ ਘੋੜਾ ਇੱਕ ਹੋਰ ਵੀ ਐ ਸ਼ੈਰੀ ਕੋਲੇ ਮੱਥੇ ਭਟਾਏ ਦੇ ਤੇ ਇਹ ਭਾਈ ਰਣਗੇ ਵਾਲੇ ਦਲਵਾਗਦਾ ਇਹ ਹਜੇ 2 ਦੰਦ ਹੋਇਆ ਸੱਜਣੋ ਹਾਈਟ ਇਹਦੀ ਕਾਫੀ ਆ ਦੂਜੇ ਨਾਲੋਂ ਅਲਬਖਸ਼ਨੋਂ ਇੰਚ ਛੋਟਾ ਐ ਇਹ 65 ਇੰਚ ਦਾ ਤੇ ਇਹ ਘੋੜੇ ਤੋਂ ਜੇ ਸਟੱਟ ਸਰਵਿਸ ਲੈਣੀ ਆ ਮਲੋ ਤੇ ਇਹ ਤੁਹਾਨੂੰ ਮਿਲ ਜੂਗੀ 15000 ਰੁਪਏ ਦੇ ਵਿੱਚ ਇਹ 15000 ਆ ਉਹਦੀ 51000 ਰੁਪਿਆ ਫੀਸ ਆ ਵੀ ਜੇ ਕਿਸੇ ਨੇ ਘੱਟ ਫੀਸ ਤੇ ਚੰਗੇ ਖਾਨਦਾਨ ਦੇ ਵਿੱਚ ਬਰੀਡਿੰਗ ਕਰਾਉਣੀ ਆ ਤਾਂ ਫੇਰ ਆ ਘੋੜਾ ਤੁਸੀਂ 15000 ਤੇ ਦੀ ਸਟੱਡ ਸਰਵਿਸ ਲੈ ਸਕਦੇ ਆ ਦਾ ਨਾਮ ਮੁਰਾਦ ਆ ਸੱਚ ਨੂੰ 65 ਇੰਚ ਇਸ ਘੋੜੇ ਦੀ ਹਾਈਟ ਆ ਹੱਡਾਂ ਪੈਰਾਂ ਦਾ ਮਜ਼ਬੂਤ ਆ ਵੀ ਜੇ ਹੱਡਾਂ ਪੈਰਾਂ ਦੀ ਗੱਲ ਕਰੀਏ ਤਾਂ ਪੋਰਾ ਅਲਵਕਸ਼ ਨਾਲੋਂ ਵੀ ਜੇ ਤੁਸੀਂ ਇਹਨੂੰ ਬਰਾਬਰ ਖੜਾਉਂਗੇ ਤਾਂ ਤੁਹਾਨੂੰ ਦੱਸੂਗਾ ਅਲਵਕਸ਼ ਨੂੰ ਵੀ ਚੈਲੰਜ ਕਰੂਗਾ ਇਹ ਵੀ ਮਤਲਬ ਜਦੋਂ ਆਪਾਂ ਬਰਾਬਰ ਖੜਾਉਨੇ ਆ ਉਹਦੇ ਹੱਡਾਂ ਪੈਰਾਂ ਦੀ ਮਜ਼ਬੂਤੀ ਵਾਲੇ ਮਸਲੇ ਤੇ ਠੀਕ ਆ ਜੀ ਤੇ ਇਸ ਘੋੜੇ ਦੀ ਵੀ ਤੁਸੀਂ ਸਰਵਿਸ ਆ ਜਿਹੜੀ ਲੈ ਸਕਦੇ ਆ